ਖੋ ਜਾਂਦੀ ਆ ਜੀ ਅੰਬ ਕੋਲੇ, ਇੱਥੋਂ ਖੱਬੇ ਮੁੜਦੀ ਆ ਗਾਣਾ ਤੋਂ। ਇਹ ਆਪ ਛੱਡੀ ਹੋਈ ਨਾ ਜੀ ਇੱਧਰ ਨੂੰ? ਆਪ ਹੀ ਛੱਡੀ ਹੋਈ ਆ ਜੀ ਆਪਦੀ, 100% ਛੱਡੀ ਹੋਣੀ ਆ ਜੀ, 100% ਆਪ ਦੀ ਉਹ ਛੱਡੀ ਹੋਈ ਲੱਗਦੀ ਆ। ਮਨਦੀਪ ਇਹ ਪਈ ਇਹਨਾਂ ਦੀ ਘਰ ਦੀ, ਆਪ ਦੀ ਛੱਡੀ ਹੋਈ ਆ, ਪਹਿਲਾਂ ਇੱਧਰ ਚ ਸੀਗੀ ਬਸ, ਫਿਰ ਤਾਂ ਫਿਰ ਇਧਰੋਂ ਜਾ ਕੇ ਆਇਆ ਮੁੜਦੀ ਹੋ ਗਈ, ਇੱਥੇ ਨਾਲ ਨਾਲ ਜਾਂਦੀ ਪਈ, ਹਾਂ ਉਹ ਤੇ ਖੂਹ ਨੂੰ ਮੁੜਦੀ ਸਿੱਧੀ ਕਰ ਲਈ, ਹੁਣ ਇਹਨੂੰ ਕੱਢ ਲਈ ਇਹਨਾਂ ਦਾ। ਇਹ ਨੰਬਰ ਆ ਗਏ ਤੇਰੇ ਮੁੰਡਾ, ਸੈਂਤੀ 67 68 69 ਇੱਕ ਮਿੰਟ ਤੁਸੀਂ ਆ ਤਾਂ ਨੋਟ ਕਰ ਲਓ, 37 77 78 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਢਾਣੀ ਦੀਆਂ ਫਸਲਾਂ ਬਾਰੇ ਦੇਖਿਆ ਸੀਗਾ, ਨਿਰਪੱਖ ਕੀਤਾ ਸੀਗਾ, ਉਹਦੀ ਜਾਂਚ ਕਰ ਰਹੇ ਸੀ। ਅੱਜ ਸਾਡੇ ਕੋਲ ਸਤਿਕਾਰਯੋਗ ਸਾਡੇ ਪਟਵਾਰੀ ਸਾਹਿਬ ਆਏ ਹੋਏ ਨੇ ਅਤੇ ਨਾਲ ਤਹਿਸੀਲਦਾਰ ਵੀ ਨੇ ਮੇਰੇ ਖਿਆਲ, ਕਾਨੂੰਗੋ ਸਾਹਿਬ ਨੇ ਨਾਲ, ਅਤੇ ਉਹਨਾਂ ਨੂੰ ਦਿਖਾਇਆ ਮੌਕਾ, ਉਹਨਾਂ ਨੇ ਦੇਖਿਆ ਕੀ ਕਹਿਣਾ ਜੀ ਫਸਲਾਂ ਬਾਰੇ।
ਫਸਲਾਂ ਦਾ ਕਾਫੀ ਨੁਕਸਾਨ ਆ ਜੀ। ਮੌਕਾ ਦੇਖ ਲਿਆ, ਮੌਕਾ ਦੇਖਣ ਤੋਂ ਬਾਅਦ ਅਸੀਂ ਅਫਸਰ ਸਾਹਿਬ ਤਰੀਕ ਸਾਹਿਬ ਨੂੰ ਰਿਪੋਰਟ ਦੇਵਾਂਗੇ ਜੀ ਤੇ ਨਾਲ ਖੇਤੀਬਾੜੀ ਅਫਸਰ ਦੀ ਟੀਮ ਬਣਾ ਕੇ ਤੇ ਦੁਬਾਰਾ ਅਸੀਂ ਚੈੱਕ ਕਰਾਂਗੇ। ਠੀਕ ਆ, ਉਹਨਾਂ ਨਾਲ ਲਿਆ ਕੇ ਬਿਲਕੁਲ ਮੌਕਾ ਦਿਖਾ ਕੇ ਰਿਪੋਰਟ ਸਹੀ ਦੇਵਾਂਗੇ। ਹਾਂ, ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਦਾ ਵੀ ਕਹਿਣਾ ਇਹੀ ਹੈ ਨਾ, ਅਸੀਂ ਸਹੀ ਤੋਂ ਸਹੀ ਬਿਲਕੁਲ ਜਾਂਚ ਨਿਰਪੱਖ ਹੋਣੀ ਚਾਹੀਦੀ ਆ, ਨਿਰਪੱਖ ਜਾਂਚ ਹੋਊਗੀ, ਸਹੀ ਤੋਂ ਸਹੀ ਹੋਊਗੀ, ਸਹੀ ਤੋਂ ਸਹੀ ਹੋਣਾ ਚਾਹੀਦਾ, ਕਿਉਂਕਿ ਕਿਸਾਨ ਭਰਾਵਾਂ ਦਾ ਸਾਰੇ ਪਾਸੇ ਹੋਈ ਕਾਫੀ ਨੁਕਸਾਨ ਆ ਜੀ, ਬੁਰਾ ਹਾਲ ਹੋਇਆ ਹੈ ਜੀ, ਕਿਉਂਕਿ ਹੁਣ ਕਹਿਣ ਦੇ ਯੋਗ ਨਹੀਂ, ਕਿਉਂਕਿ ਕੁਦਰਤੀ ਮਾਰ ਆ ਜਿਹੜੀ ਇਹ ਸਾਰਿਆਂ 'ਤੇ ਪਈ ਆ। ਅੱਜ ਘਟਾਣੀ ਦੀਆਂ ਫਸਲਾਂ ਦੇ ਅੰਦਰ ਤੁਸੀਂ ਦੇਖਿਆ ਤੇ ਤੁਸੀਂ ਸਹੀ ਤੋਂ ਸਹੀ ਜਿੰਨੀ ਹੋ ਸਕਦਾ ਵੀ ਇਹਨਾਂ ਦੀ ਸਹੀ ਤੋਂ ਸਹੀ ਰਿਪੋਰਟ ਦੇਵਾਂਗੇ, ਟੀਮ ਬਣਾ ਕੇ ਤਾਂ ਦੁਬਾਰਾ ਅਸੀਂ ਬਿਲਕੁਲ ਧੰਨਵਾਦ ਜੀ। ਡਾਕਟਰ ਸਾਹਿਬ ਜੀ ਤੁਹਾਡਾ ਕੀ ਕਹਿਣਾ? ਮੈਂ ਸਾਡੇ ਮੁੱਖ ਮੰਤਰੀ ਸਾਹਿਬ ਜੀ ਦਾ, ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਦੇਖ ਰੇਖ 'ਚ ਇਹ ਕੰਮ ਜਿਹੜਾ ਕਿਸਾਨਾਂ ਦੇ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਉਹ ਅੱਜ ਮੈਂ ਉਹਨਾਂ ਨੂੰ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਪਿੰਡ ਘੁੜਾਣੀ ਕਲਾਂ ਦੇ ਵਿੱਚ ਆ ਤੁਸੀਂ ਮੌਕਾ ਦਿਖਾਇਆ ਜਾਵੇ। ਮੈਂ ਸਾਡੇ ਤਹਿਸੀਲਦਾਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ, ਸਾਡੇ ਪਟਵਾਰੀ ਸਾਹਿਬ ਕਨਗੋ ਸਾਹਿਬ ਬੜੇ ਉਚੇਰੇ ਤੌਰ 'ਤੇ ਇਹਨਾਂ ਨੇ ਇਲਾਕੇ ਦੇ ਅੰਦਰ ਬੜਾ ਢੰਗ 'ਤੇ ਮੌਕਾ ਦੇਖਿਆ ਜੋ ਪਿਛਲੀ ਸਰਕਾਰਾਂ ਦੇ ਵਿੱਚ ਆਈਆਂ ਔਰ ਗਈਆਂ ਜਿਹੜੇ CM ਸਾਹਿਬ ਹੁੰਦੇ ਸੀ ਉਹ ਜਹਾਜ਼ ਰਾਹੀਂ ਹੈਲੀਕਾਪਟਰ ਰਾਹੀਂ ਮੌਕਾ ਦੂਰਬੀਨ ਰਾਹੀਂ ਦੇਖਦੇ ਸੀ। ਸਾਡੇ ਜਿਹੜੇ ਅੱਜ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਜਾ ਕੇ ਜ਼ਿਮੀਂਦਾਰਾਂ ਦੇ ਨਾਲ ਫਸਲ ਦਾ ਮੌਕਾ ਦੇਖਦੇ ਨੇ ਔਰ ਮੌਕੇ ਦੀ ਸਰਵੇ ਕਰਕੇ ਉਹਨਾਂ ਤੁਰੰਤ ਤਹਿਸੀਲਦਾਰ ਨੂੰ ਸਾਰੇ ਅਫਸਰ ਸਾਹਿਬਾਨਾਂ ਨੂੰ ਹੁਕਮ ਕਰਦੇ ਨੇ। ਉਹ ਸਾਡੀ ਅਫਸਰ ਸਾਈ ਹੈ, ਬੜੀ ਕਾਬਲੀਅਤ ਅਫਸਰ ਸਾਈ ਸਾਡੀ ਪੰਜਾਬ ਦੀ ਪਹਿਲ ਦੇ ਆਧਾਰ 'ਤੇ ਉਹ ਸਰਕਾਰ ਨੂੰ ਸਾਥ ਦੇ ਰਹੀ ਹੈ, ਸਰਕਾਰ ਉਹਨਾਂ ਦਾ ਸਾਥ ਦੇ ਰਹੀ ਹੈ। ਮੈਂ ਆਹੀ ਬੇਨਤੀ ਕਰਦਾ ਪ੍ਰਸ਼ਾਸਨ ਸਾਹਿਬ ਨੂੰ ਸਾਡੇ ਨੂੰ ਵੀ ਵੱਡੇ ਪੱਧਰ 'ਤੇ ਇਹਨਾਂ ਦੀ ਸੁਣਾਈ ਕਰੋ, ਪਹਿਲ ਦੇ ਆਧਾਰ 'ਤੇ ਸੁਣਾਈ ਕਰੋ। ਜਿਵੇਂ ਆ ਸਾਡੇ ਤਹਿਸੀਲਦਾਰ ਸਾਹਿਬ ਨੇ ਮੌਕੇ ਦਾ ਜਾਇਜ਼ਾ ਦਿਖਾਇਆ ਸਾਡੇ ਅਫਸਰ ਸਾਹਿਬਾਨਾਂ ਨੂੰ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜ਼ਿਮੀਂਦਾਰ ਵੱਲੋਂ, ਜ਼ਿਮੀਂਦਾਰਾਂ ਵੱਲੋਂ, ਸਾਡੇ ਵੱਲੋਂ, ਸਾਡੀ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਧੰਨਵਾਦ ਕਰਦੇ ਹਾਂ ਪਟਵਾਰੀ ਸਾਹਿਬ ਦਾ ਜਿਹੜੀ ਇਹਨਾਂ ਦੀ ਟੀਮ ਆਈ ਆ, ਕਿਉਂਕਿ ਸਾਨੂੰ ਮਾਣ ਆ ਇਸ ਚੀਜ਼ 'ਤੇ ਵੀ ਅਸੀਂ ਹੁਣੇ 10-15 ਮਿੰਟ ਪਹਿਲਾਂ ਫੋਨ ਕੀਤਾ ਸੀਗਾ, ਇਹਨਾਂ ਨੇ ਤੁਰੰਤ ਭੇਜ ਕੇ ਸਾਨੂੰ ਇਹ ਸਾਬਤ ਕਰਤਾ ਵੀ ਸਾਡਾ ਜਿਹੜਾ ਪ੍ਰਸ਼ਾਸਨ ਆ ਪੂਰਾ ਚੁਸਤ ਅਤੇ ਪੂਰਾ ਸਪਸ਼ਟ ਆ ਇਸ ਤੌਰ 'ਤੇ, ਕਿਉਂਕਿ ਮੁੱਖ ਮੰਤਰੀ ਦਾ ਜੋ ਕਹਿਣਾ ਸੀਗਾ ਉਸ 'ਤੇ ਪੂਰੀ ਫੁੱਲ ਚੜ੍ਹਾਉਂਦੇ ਨੇ। ਇਹ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਇਹ ਰਾਣੇ ਹੁਨਾ ਦੀ, ਰਾਣੇ ਹੁਨਾ ਦੀ ਜ਼ਮੀਨ ਲੈਤੀ ਹੋਈ ਆ ਜਾਪਤੀ 'ਤੇ। ਰਾਣਾ ਜੀ, ਕਿੰਨੀ ਕੁ ਫਸਲ ਤੁਹਾਡੀ ਖਰਾਬ ਹੋ ਗਈ? ਮੇਰਾ ਹੋ ਗਿਆ ਜੀ 20 ਕਿੱਲਿਆਂ ਦਾ ਨੁਕਸਾਨ ਹੋ ਗਿਆ। 20 ਕਿੱਲਿਆਂ ਦਾ? ਇਹ ਸਾਰੇ ਤੁਹਾਡੇ ਜਾਪਤੀ 'ਤੇ ਹੀ? ਜਾਪਤੀ 'ਤੇ ਨਹੀਂ, ਟੋਟਲ ਟੋਟਲ ਤੁਹਾਡੀ ਆਪਦੀ ਤਾਂ ਨਹੀਂ? ਆਪਦੀ ਹੈਗੀ ਆ ਜੀ, ਉਹ ਥੋੜ੍ਹੀ ਜਿਹੀ ਠੀਕ ਲੱਗਦੀ ਆ। ਆਹ ਦੇਖੋ ਬਾਈ ਜੀ, ਆਹ ਦੇਖ ਲਓ, ਜਮਾਂ ਹੀ ਥੱਲੇ ਪਟਵਾਰੀ ਵੀ, ਪਟਵਾਰੀ ਸਾਹਿਬ ਆਏ ਅਤੇ ਮੇਰੇ ਖਿਆਲ ਕਾਨੂਗੋ ਵੀ ਆਇਆ, ਉਹ ਦੇਖ ਕੇ ਗਏ ਨੇ ਬਾਈ ਜੀ ਸਾਨੂੰ ਪੂਰਾ ਪੂਰਾ ਫਸਲਾਂ ਦਾ, ਕਹਿੰਦੇ ਤੁਹਾਨੂੰ ਚੈੱਕ ਕਰਾਵਾਂਗੇ, ਤੁਹਾਡਾ ਜਿਹੜਾ ਬਣਦਾ ਹੱਕ ਦਵਾਵਾਂਗੇ, ਸਾਰਾ ਦਿਖਾ ਕੇ ਗਏ ਨੇ। ਤਕਰੀਬਨ ਮੇਰੇ ਨਾਲ ਜਿੰਨੇ ਵੀ ਮੇਰੇ ਵੀਰ ਨੇ ਕਿਸਾਨ ਭਰਾ ਸਾਰੇ ਤੁਸੀਂ ਦੇਖ ਲਓ, ਆ ਸਾਰੇ ਸਾਹਮਣੇ ਅਸੀਂ ਦੇਖੇ ਨੇ, ਤਕਰੀਬਨ ਜਿੰਨੇ ਵੀ ਨੇ ਖੜ੍ਹੇ ਨੇ, ਮਨਦੀਪ ਖੜ੍ਹਾ, ਨੋਨੀ ਖੜ੍ਹਾ ਅਤੇ ਦਰਸ਼ਨ ਸਿੰਘ ਖੜ੍ਹਾ, ਅਜਮੇਰ ਸਿੰਘ ਖੜ੍ਹੇ ਨੇ ਸਾਰੇ। ਬਾਈ ਜੀ, ਫਸਲ ਦਾ ਇੰਨਾ ਬੁਰਾ ਹਾਲ ਹੋਇਆ ਪਿਆ, ਅਗਲਾ ਦੂਰੋਂ ਕਹਿੰਦਾ ਵੀ ਇਹਨੂੰ ਕੁਛ ਨਹੀਂ ਹੋਇਆ, ਪਰ ਜਦੋਂ ਥੱਲਿਓਂ ਚੱਕੋਗੇ, ਚੱਕੋ ਬਾਈ ਜੀ ਥੱਲਿਓਂ, ਆਹ ਦੇਖੋ, ਇਹ ਲਓ, ਆਹ ਦੇਖ ਲਓ,
ਇਹਨੂੰ ਕੀ ਆ ਇਹਦੇ ਵਿੱਚ? ਹਰੀ ਹੋਈ ਪਈ ਆ, ਉਂਗਰੀ ਪਈ ਆ। ਦੇਖੋ ਇਹ ਇਹਨੂੰ ਕਹਿੰਦੇ ਨੇ ਕਣਕ ਥੱਲੇ ਸਹੀ ਆ। ਇਹਨੂੰ ਦੱਸੋ ਕਿੱਥੇ ਸਹੀ ਕਹੋਗੇ? ਫੜੋ ਦਿਖਾਓ ਰਾਣਾ ਜੀ, ਹੱਥ ਲਾਓ ਜੀ, ਭੋਰੋ ਨਾ ਭੋਰੋ ਨਾ। ਆਹ ਦੇਖੋ ਤੁਸੀਂ ਉੱਗਣੀ ਪਈ ਆ ਕਣਕ ਰਾਣੇ ਦੀ, ਇਹ ਦੁਬਾਰਾ ਉੱਗਰ ਰਹੀ ਆ ਕਣਕ। ਇਹਦਾ ਸਰਕਾਰ ਨੂੰ ਤਾਂ ਹਰ ਇੱਕ ਪਾਸੋਂ ਧਿਆਨ ਦਿੱਤਾ, ਕਿਉਂਕਿ ਸਾਡੇ ਨਾਲ ਕਹੇ ਤੇ ਹੁਣੇ ਆਏ ਨੇ ਉਹ। ਕੀ ਕਹਿਣਾ ਅਜਮੇਰ ਸਿੰਘ ਜੀ ਇਹਦੇ ਬਾਰੇ, ਕਣਕ ਬਾਰੇ? ਇਹਦੇ ਬਾਰੇ ਜੀ ਬਹੁਤ ਵੱਡਾ ਨੁਕਸਾਨ ਆ, ਜਿਹੜੀ ਹੁਣ ਸਾਰੀ ਥੱਲਿਓਂ ਆ ਦਿਖਾ ਰਹੇ ਆ, ਸਾਰੀ ਉਹ ਇੱਕਣੇ ਫੁੱਟ ਰਹੀ ਆ। ਇੱਕਣੇ ਆਹ ਜਿਹੜੀ ਜਿੰਨੀ ਹੈਗੀ ਆ ਥੱਲਿਓਂ, ਦੇਖ ਲਓ ਇਹ ਗਲ ਗਈ। ਬਿਲਕੁਲ ਜੀ, ਬਿਲਕੁਲ 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 ਗਲੀ ਪਈ ਆ। ਦੇਖੋ ਆਹ ਸਾਰੇ ਹੀ ਦੇਖੋ ਬਾਈ ਜੀ, ਲਓ ਕਣਕਾਂ ਦਾ ਬੁਰਾ ਹਾਲ ਆ। ਦੇਖੋ ਸਾਰੀ ਇਹ ਸਾਡੇ ਕੋਲ ਹੁਣ ਪਟਵਾਰੀ ਸਾਹਿਬ ਵੀ ਆਏ ਨੇ, ਅਸੀਂ ਦਿਖਾਈ ਵੀ ਆ ਤੇ ਕਾਨੂੰਗੋ ਵੀ ਦੀ ਆ ਮੇਰੇ ਖਿਆਲ ਆ, ਤੇ ਨਾਲ ਸਾਡੇ ਕੋਲ ਆਏ ਨੇ ਅਫਸਰ ਸਾਈ, ਤੇ ਉਹ ਕਹਿ ਕੇ ਗਏ ਨੇ ਸਾਰੇ ਖੜੇ ਨੇ ਬਾਈ ਜੀ ਫਸਲ ਲੈ ਕੇ ਇੱਥੇ ਰਾਣੇ ਦੇ ਖੇਤ 'ਚ ਖੜੇ ਹਾਂ ਅਸੀਂ। ਰਾਣੇ ਨੇ ਵੀ ਕਿਹਾ ਸੀਗਾ, ਕਹਿੰਦਾ ਵੀ ਹੋਰਨਾਂ ਦੇ ਖੇਤ ਦਿਖਾਤੇ, ਪਰ ਮੇਰੇ ਵਾਲੇ ਵੀ ਨਹੀਂ ਦਿਖਾਏ, ਕਿਉਂਕਿ ਅਸੀਂ ਇਸ ਗੱਲ 'ਤੇ ਜ਼ਰੂਰ ਧਿਆਨ ਦਿੱਤਾ, ਕਿਉਂਕਿ ਬਾਈ ਜੀ ਆਹ ਬੱਲੀਆਂ ਉੱਗਰੀਆਂ ਪਈਆਂ ਨੇ। ਜੇ ਕੋਈ ਕਹਿੰਦਾ ਹੋਊਗਾ ਨਾ ਵੀ ਪਤਾ ਨਹੀਂ ਕਿੱਥੋਂ ਪੱਟ ਲਿਆਂਦੀਆਂ, ਆਹ ਖੇਤ ਦੀ ਆਹ ਖੇਤ 'ਚ ਨੇ, ਰਾਣੇ ਵਾਲੇ ਖੇਤ 'ਚ ਬੱਲੀਆਂ ਉੱਗੀਆਂ ਪਈਆਂ ਨੇ ਥੱਲੇ। ਦੂਰੋਂ ਦੀ ਆ ਫਸਲ ਠੀਕ ਆ, ਅਤੇ ਨੇੜਿਓਂ ਜਾ ਕੇ ਪਤਾ ਲੱਗਦਾ ਤੁਹਾਡੀ ਵੀ ਫਸਲ ਬਾਈ ਕਿੱਦਾਂ, ਤੁਹਾਡੀ ਫਸਲ ਇਹੀ ਹਾਲ ਆ ਜੀ, ਬੁਰਾ ਹਾਲ ਆ ਜੀ, ਇਹੀ ਹਾਲ ਆ। ਤੁਹਾਡੀ ਕਿੰਨੀ ਫਸਲ ਹੈਗੇ? 20-22 ਕਿੱਲੇ ਜੀ। 20-22 ਕਿੱਲੇ ਨੇ ਬਾਈ ਜੀ। ਨੋਨੀ ਬਾਈ ਖੜ੍ਹਾ ਸਾਡੇ ਨਾਲ, ਫੁੱਟਬਾਲ ਖੇਡਦਾ ਰਿਹਾ ਉਹ ਵੀ ਖੜ੍ਹਾ, ਇੱਧਰੋਂ ਮਨਦੀਪ ਖੜ੍ਹਾ। ਮਨਦੀਪ ਦਾ ਬਹੁਤ ਫਸਲਾਂ ਦਾ, ਜਾਣੀ ਕਿ ਸਾਰੀਆਂ ਦਾ ਹੀ ਬੁਰਾ ਹਾਲ ਆ ਬਾਈ ਜੀ। ਅਸੀਂ ਜ਼ਰੂਰ ਕਹਿੰਦੇ ਹਾਂ, ਜਿੰਨੇ ਵੀ ਮੇਰੇ ਵੀਰ ਪੱਤਰਕਾਰ ਵੀ ਦੇਖਦੇ ਹੋਣਗੇ, ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਆਪ ਇੱਕ ਦੂਜੇ ਗਰੁੱਪਾਂ 'ਚ ਪਾਓ, ਸਰਕਾਰ ਤੱਕ ਪਹੁੰਚਾਓ। ਵੈਸੇ ਤਾਂ ਸਰਕਾਰ ਦੇ ਨੁਮਾਇੰਦੇ ਸਾਡੇ ਕੋਲ ਆ ਚੁੱਕੇ ਨੇ, ਕਿਉਂਕਿ ਅਸੀਂ ਜਲਦੀ ਕੀਤੀ ਇਸ ਚੀਜ਼ ਨੂੰ, ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ। ਤੁਸੀਂ ਸਾਡਾ ਸਾਥ ਦਿਓ, ਕਿਉਂਕਿ ਕਿਸਾਨ ਵੀਰ ਜਿੰਨੇ ਵੀ ਨੇ ਸਾਡੇ, ਕਿਤੇ ਅਸੀਂ ਜੱਟ ਭਾਈ ਵਾਲੇ ਗੱਲ ਹੀ ਕਰਨੀ, ਕਿਉਂਕਿ ਸਾਡੇ ਕਿਸਾਨ ਅੰਨਦਾਤਾ, ਇਹਨਾਂ ਦੇ ਕੋਲੋਂ ਜੇ ਫਸਲ ਸਹੀ ਹੋਊਗੀ ਤਾਂ ਸਾਨੂੰ ਅੱਗੇ ਖਾਣ ਨੂੰ ਮਿਲੇਗੀ, ਤਾਂ ਅੱਗੇ ਮੰਡੀਆਂ 'ਚ ਜਾਊਗੀ, ਤਾਂ ਲੋਕਾਂ ਦੇ ਮੂੰਹ 'ਚ ਜਾਊਗੀ। ਜੇ ਫਸਲੇ ਖਰਾਬ ਹੋਈ ਪਊਗੀ, ਖਾਊਗਾ ਵੀ ਕੌਣ, ਇਹਨੂੰ ਕੀ ਖਾਊਗਾ? ਰਾਣਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਸਾਨੂੰ ਜਿਹੜਾ ਇਹਦਾ ਬਣਦਾ ਮੁਆਵਜ਼ਾ ਮਿਲ ਜਾਵੇ। ਠੀਕ ਆ ਬਾਈ ਜੀ, ਇਹ ਵੀ ਇਹੀ ਗੱਲ ਕਹਿੰਦੇ ਨੇ ਵੀ ਜਿਹੜਾ ਜਾਣ ਬਣਦਾ ਹੱਕ ਆ ਨਾ ਸਾਡਾ, ਉਹੀ ਸਾਨੂੰ ਮਿਲੇ। ਅਸੀਂ ਕੋਈ ਨਜਾਇਜ਼ ਨਹੀਂ ਪੈਸਾ ਮੰਗਦੇ, ਜਾਂ ਅਸੀਂ ਨਜਾਇਜ਼ ਕੋਈ ਆਪਦੇ ਕੋਲੋਂ ਭੀਖ ਨਹੀਂ ਮੰਗਦੇ। ਕਿਸਾਨ ਦਾ ਹੱਕ ਬਣਦਾ ਇਹ, ਕਿਉਂਕਿ ਸਾਡੇ ਮੁੱਖ ਮੰਤਰੀ ਪੰਜਾਬ ਨੇ ਵੀ ਇਹ ਗੱਲ ਨਿਰਦੇਸ਼ ਦਿੱਤੀ ਆ ਵੀ ਇਹ ਸਾਰਾ ਸਿਸਟਮ ਪੂਰਾ ਤਹਿ ਤੱਕ ਜਾਓ, ਇਹਨਾਂ ਦੀ ਪੂਰੀ ਉਹ ਕਰਕੇ ਗਦਾਵਰੀ, ਤਾਂ ਇਹਨਾਂ ਦੀਆਂ ਰਿਪੋਰਟਾਂ ਦਿਓ, ਕਿਉਂਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।